ਦੌਰਾਨ ਕਾਂਗਰਸ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਅਲੱਗ ਅਲੱਗ ਸੂਬਿਆਂ ਦੇ ਵਿੱਚ ਜਾ ਕੇ ਯੂਥ ਕਾਂਗਰਸ ਦੀਆਂ ਚੋਣਾਂ ਕਰਾਈਆਂ ਤੇ ਯੂਥ ਨੂੰ ਮਜ਼ਬੂਤ ਕੀਤਾ ਪੰਚਾਇਤੀ ਇਲੈਕਸ਼ਨ ਲੜ ਕੇ ਮੈਂ ਕਾਂਗਰਸ ਦੀ ਪਾਰਟੀ ਵਿੱਚ ਜੁਆਇਨ ਕੀਤੀ ਤੇ ਇੰਨਾ ਕੰਮ ਕਰਨ ਦੇ ਬਾਵਜੂਦ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਪਰ ਪਾਰਟੀ ਨੇ ਕਦੀ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਕਿਉਂਕਿ ਅੱਜ ਉਹ ਸਰਮਾਏਦਾਰਾਂ ਦੀ ਪਾਰਟੀ ਬਣ ਚੁੱਕੀ ਹੈ ਉੱਥੇ ਵਰਕਰਾਂ ਦੀ ਕੋਈ ਪੁੱਛ ਗਿੱਛ ਨਹੀਂ ਹੈਗੀ ਪਰ ਜਦ ਮੈਂ 10 ਸਾਲਾਂ ਤੋਂ ਸੁਖਬੀਰ ਸਰ ਦਾ ਕੰਮ ਦੇਖਿਆ ਪੰਜਾਬ ਦੇ ਵਿੱਚ ਜੋ ਉਹਨਾਂ ਦਾ ਸੁਪਨਾ ਸੀ ਕੈਲੀਫੋਰਨੀਆ ਬਣਾਉਣ ਦਾ ਮੈਂ ਸਮਝਦੀ ਹਾਂ ਅਗਰ ਇਸ ਚਰਨ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿੰਦੇ ਤਾਂ ਸ਼ਾਇਦ ਉਹ 100% ਸੰਭਵ ਹੋ ਜਾਂਦਾ ਪਰ ਦੇਰ ਆਏ ਦਰੁਸਤ ਆਏ 2019 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਏਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੁਖਬੀਰ ਸਰ ਦਾ ਆਪਾਂ ਇੰਨਾ ਕੁ ਹੌਸਲਾ ਬੁਲੰਦ ਕਰ ਦਾਂਗੇ ਕਿ 22 ਦੇ ਵਿੱਚ ਮੈਂ ਸਮਝਦੀ ਹਾਂ ਜੋ ਸੁਖਬੀਰ ਸਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਸੁਪਨਾ ਦੇਖਿਆ ਉਹ ਪੰਜਾਬ ਦਾ ਜ਼ਰੂਰ ਸਾਕਾਰ ਹੋਏਗਾ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਜਿੱਥੇ ਵੀ ਮੇਰੀ ਡਿਊਟੀ ਲਗਾਉਣਗੇ ਐਜ਼ ਏ ਵਰਕਰ ਜਿੰਨਾ ਕੰਮ ਮੈਂ ਕਾਂਗਰਸ ਚ ਕਰਦੀ ਹਾਂ ਉਸ ਤੋਂ ਡਬਲ ਕਰਕੇ ਇਸ ਨੂੰ ਆਪਾਂ ਮੁੜ ਸੱਤਾ ਵਿੱਚ ਲੈ ਕੇ ਆਵਾਂਗੇ ਤੇ ਮੈਂ ਧੰਨਵਾਦ ਕਰਦੀ ਹਾਂ ਸੁਖਬੀਰ ਸਿੰਘ ਬਾਦਲ ਸਰ ਦਾ ਕਿ ਜਿਨ੍ਹਾਂ ਨੇ ਨਿਮਾਣੀ ਜੀ ਵਰਕਰ ਨੂੰ ਐਡਾ ਵੱਡਾ ਮਾਣ ਦਿੱਤਾ ਅੱਜ ਤੇ ਮੈਨੂੰ ਇਸ ਪਰਿਵਾਰ ਨਾਲ ਜੋੜਨ ਦੇ ਵਿੱਚ ਸਹਿਯੋਗ ਦਿੱਤਾ ਜਿੱਥੇ ਵੀ ਕਿਤੇ ਮੈਨੂੰ ਜ਼ਰੂਰੀ ਸਮਝਣਗੇ ਮੈਂ ਉਹਨਾਂ ਦਾ ਸਿਰ ਮੱਥੇ ਹੁਕਮ ਰੱਖਾਂਗੀ ਸੋ ਮੈਂ ਇਹੀ ਬੇਨਤੀ ਕਰਦੀ ਹਾਂ ਕਿ ਜੋ ਵੀ ਮੇਰੇ ਤੋਂ ਕਮੀਆਂ ਪੇਸ਼ੀਆਂ ਕਾਂਗਰਸ ਪਾਰਟੀ ਦੇ ਵਿੱਚ ਰਹੀਆਂ ਉਹ ਅਕਾਲੀ ਦਲ ਦੇ ਵਿੱਚ ਕਦੀਆਂ ਨਹੀਂ ਆਪਾਂ ਦੁਹਰਾਵਾਂਗੇ ਸੋ ਇਹਨਾਂ ਕਹਿੰਦੇ ਹੋ ਸੁਖਬੀਰ ਸਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਚੀਮਾ ਜੀ ਦਾ ਧੰਨਵਾਦ ਕਰਦੀ ਹਾਂ ਬਰਾੜਵੀਰ ਜੀ ਦਾ ਧੰਨਵਾਦ ਕਰਦੀ ਹਾਂ ਤੇ ਹੋਰ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਇੱਥੇ ਬੈਠੀ ਹੈ ਸਭ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਇਸ ਪਾਰਟੀ ਦੇ ਵਿੱਚ ਮੈਨੂੰ ਸ਼ਰੀਕ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ